रस्ते दे विच इक कॉल आउंदी आ, अपने आप नूं लड़का अपना नाम हैप्पी दस रहा, जिहड़ा बड़ी गलत लैंग्वेज यूज़ कीती उहने, गाल गलोच कीता। उहदे च कहा जांदा कि तुहानूं गोलियां मारांगे, तुहानूं दातरां नाल टुकांगे, तुहानूं घर आ के मारांगे, इदां दीआं काफ़ी उहने गल्लां कीतीआं। कारण पुछिआ लेकिन उहने कारण नहीं दस्सिआ। पुछिआ कि तुसीं कौण हो, कहिंदा कि जदों असीं सामणे आवांगे तुहानूं आपे पता लग जाएगा, उदों तुहाडा भोग ही पावांगे। ਇਹ ਕੋਈ ਪਹਿਲਾ ਮਸਲਾ ਨਹੀਂ ਹੈ। ਇਸ ਤੋਂ 2 ਮਹੀਨੇ ਪਹਿਲਾਂ ਵੀ ਕਾਫੀ ਕਾਲਾਂ ਆਈਆਂ ਸੀ, ਲੇਕਿਨ ਅਸੀਂ ਮੀਡੀਆ ਦੇ ਵਿੱਚ ਨਹੀਂ ਸੀ ਲੈ ਕੇ ਆਏ, ਕਿਉਂਕਿ ਕੁਝ ਲੋਕ ਸ਼ਾਇਦ ਕਹਿੰਦੇ ਆ ਕਿ ਹਿੰਦੂ ਲੀਡਰ ਆ, ਸ਼ਾਇਦ ਜਾਣ ਬੁੱਝ ਕੇ ਇਦਾਂ ਕਰਦੇ ਆ ਸਕਿਉਰਟੀਆਂ ਲੈਣ ਵਾਸਤੇ। ਤੁਹਾਨੂੰ ਪਿਛਲੀ ਵਾਰੀ ਅਸੀਂ ਸਿਰਫ ਇੱਕ ਸਮਝਾਉਣ ਵਾਸਤੇ ਤੁਹਾਡੇ 'ਤੇ ਫਾਇਰਿੰਗ ਕੀਤੀ ਸੀ, ਤੁਹਾਨੂੰ ਮਾਰਨ ਦੀ ਮਨਸ਼ਾ ਨਾਲ ਨਹੀਂ ਸੀ ਫਾਇਰਿੰਗ ਕੀਤੀ, ਪਰ ਹੁਣ ਤੁਹਾਡਾ ਆਖਰੀ ਹੈ। ਜਾਂ ਤਾਂ ਹਿੰਦੂ ਪਾਰਟੀਆਂ ਨਾਲ ਤੁਸੀਂ ਬੜਾ ਗਲਤ ਕੰਮ ਕਰਦੇ ਜੇ, ਮੈਨੂੰ ਦੱਸੋ ਵੀ ਅਸੀਂ ਕਿਹੜਾ ਅੱਜ ਤੱਕ ਗਲਤ ਕੰਮ ਕੀਤਾ। ਪਹਿਲੀ ਵਾਰ 2019 ਦੇ ਵਿੱਚ, ਫਿਰ 20 ਦੇ ਵਿੱਚ, ਫਿਰ 21 ਦੇ ਵਿੱਚ। 21 ਦੇ ਵਿੱਚ ਤਾਂ 2 ਵਾਰੀ ਹੋ ਗਿਆ ਸੀ। ਇੱਕ ਵਾਰੀ 25 ਦਸੰਬਰ ਨੂੰ 4 ਫਾਇਰ ਵੱਜੇ ਸੀ ਮੇਰੀ ਗੱਡੀ ਦੇ। ਉਸ ਤੋਂ 2 ਮਹੀਨੇ ਪਹਿਲਾਂ ਅਸੀਂ ਕੁਝ 3 ਨੌਜਵਾਨਾਂ ਨੂੰ ਮੇਰੇ ਸਕਿਉਰਟੀ ਗਾਰਡ ਵੱਲੋਂ ਜੋ ਰੈਕਿੰਗ ਕਰ ਰਹੇ ਸੀ ਉਹਨਾਂ ਨੂੰ ਰੋਕ ਕੇ, ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਕੋਲ 1 ਪਿਸਟਲ, 6 ਰੌਂਦ, ਬਾਈਕ ਵੀ ਉਹਨਾਂ ਕੋਲ ਚੋਰੀ ਦੀ ਸੀ, ਉਹ ਵੀ ਅਸੀਂ ਫੜ ਕੇ ਪੁਲਿਸ ਨੂੰ ਦਿੱਤੇ ਸੀ। ਲੇਕਿਨ ਉਹਨਾਂ ਦੇ ਵਿੱਚੋਂ ਵੀ 1 ਪੁਲਿਸ ਨੇ ਬੰਦਾ ਛੱਡਤਾ ਸੀ, ਜਿਹੜਾ ਕਿ ਬਾਅਦ ਦੇ ਵਿੱਚ ਹੁਣ ਮੇਰਾ ਖਿਆਲ ਅਰੈਸਟ ਹੋਇਆ, ਉਹ ਵੀ ਕਿ ਗੈਂਗਸਟਰ ਦੇ ਖਾਤੇ 'ਚ ਅਰੈਸਟ ਹੋਇਆ, ਉਦੋਂ ਕੋਈ ਛੱਡਿਆ ਗਿਆ ਪੁਲਿਸ ਵੱਲੋਂ। ਦਿਵਾਲੀ ਤੋਂ ਪਹਿਲਾਂ ਹੀ ਪੰਜਾਬੀ ਅਦਾਕਾਰ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ, ਜੋ ਕਿ ਅੱਜ ਅੰਮ੍ਰਿਤਸਰ ਦੇ ਦਿਹਾਤੀ SSP ਨੂੰ ਮਿਲਣ ਦੇ ਲਈ ਪਹੁੰਚੇ ਹਨ, ਤਾਂ ਉਹਨਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਜਾ ਰਹੀ ਹੈ, ਕਿਉਂਕਿ ਪਿਛਲੇ ਦਿਨ ਹੀ ਉਹਨਾਂ ਨੂੰ ਸ਼ਰੇਆਮ ਜਿਹੜੀਆਂ ਧਮਕੀਆਂ ਫੋਨ 'ਤੇ ਦਿੱਤੀਆਂ ਗਈਆਂ। ਤਾਂ ਫਿਲਹਾਲ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਸ਼ਹਿਨਾਜ਼ ਗਿੱਲ ਦੇ ਪਿਤਾ ਜੋ ਕਿ ਖੁਦ ਇੱਥੇ ਪਹੁੰਚੇ ਹੋਏ ਨੇ, ਤਾਂ ਇਹਨਾਂ ਦੇ ਵੱਲੋਂ ਅੱਜ ਸ਼ਿਕਾਇਤ ਵੀ ਦਿੱਤੀ ਜਾ ਰਹੀ ਹੈ। ਤਾਂ ਪਹਿਲਾਂ ਸਰ ਕੀ ਕਹਿਣਾ ਚਾਹੁੰਦੇ ਹੋ, ਅੱਜ ਤੁਸੀਂ ਅੰਮ੍ਰਿਤਸਰ ਦੇ ਦਿਹਾਤੀ SSP ਨੂੰ ਮਿਲਣ ਦੇ ਲਈ ਪਹੁੰਚੇ ਹੋ, ਤਾਂ ਕੀ ਸ਼ਿਕਾਇਤ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਹੈ, ਤਾਂ ਕਿਹਨਾਂ ਦੇ ਵੱਲੋਂ ਧਮਕੀਆਂ ਤੁਹਾਨੂੰ ਦਿੱਤੀਆਂ ਗਈਆਂ ਨੇ? ਕੱਲ੍ਹ ਕੋਈ 1:15 ਇੱਕ ਕਾਲ ਆਉਂਦੀ ਆ, ਮੈਂ ਆਉਂਦਾ ਵੇ ਸੀ, ਤਰਨ ਤਾਰਨ ਜਾ ਰਿਹਾ ਸੀ। ਹਾਂਜੀ, ਕੱਲ੍ਹ ਰਸਤੇ ਦੇ ਵਿੱਚ ਇੱਕ ਕਾਲ ਆਉਂਦੀ ਆ, ਆਪਣੇ ਆਪ ਨੂੰ ਲੜਕਾ ਆਪਣਾ ਨਾਂ ਹੈਪੀ ਦੱਸ ਰਿਹਾ, ਜਿਹੜਾ ਬੜੀ ਗਲਤ ਲੈਂਗੁਏਜ ਯੂਜ਼ ਕੀਤੀ ਉਹਨੇ, ਗਾਲ ਗਲੋਚ ਕੀਤਾ। ਉਹਦੇ 'ਚ ਕਿਹਾ ਜਾਂਦਾ ਕਿ ਤੁਹਾਨੂੰ ਗੋਲੀਆਂ ਮਾਰਾਂਗੇ, ਤੁਹਾਨੂੰ ਦਾਤਰਾਂ ਨਾਲ ਟੁੱਕਾਂਗੇ, ਤੁਹਾਨੂੰ ਘਰ ਆ ਕੇ ਮਾਰਾਂਗੇ, ਇੱਦਾਂ ਦੀਆਂ ਕਾਫੀ ਉਹਨੇ ਗੱਲਾਂ ਕੀਤੀਆਂ। ਕਾਰਨ ਪੁੱਛਿਆ ਲੇਕਿਨ ਉਹਨੇ ਕਾਰਨ ਨਹੀਂ ਦੱਸਿਆ। ਪੁੱਛਿਆ ਕਿ ਤੁਸੀਂ ਕੌਣ ਹੋ, ਕਹਿੰਦਾ ਕਿ ਜਦੋਂ ਅਸੀਂ ਸਾਹਮਣੇ ਆਵਾਂਗੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ, ਉਦੋਂ ਤੁਹਾਡਾ ਭੋਗ ਹੀ ਪਾਵਾਂਗੇ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ। ਇਹ ਕੋਈ ਪਹਿਲਾ ਮਸਲਾ ਨਹੀਂ ਹੈ। ਇਸ ਤੋਂ 2 ਮਹੀਨੇ ਪਹਿਲਾਂ ਵੀ ਕਾਫੀ ਕਾਲਾਂ ਆਈਆਂ ਸੀ, ਲੇਕਿਨ ਅਸੀਂ ਮੀਡੀਆ ਦੇ ਵਿੱਚ ਨਹੀਂ ਸੀ ਲੈ ਕੇ ਆਏ, ਕਿਉਂਕਿ ਕੁਝ ਲੋਕ ਸ਼ਾਇਦ ਕਹਿੰਦੇ ਆ ਕਿ ਹਿੰਦੂ ਲੀਡਰ ਆ, ਸ਼ਾਇਦ ਜਾਣ ਬੁੱਝ ਕੇ ਇੱਦਾਂ ਕਰਦੇ ਆ ਸਕਿਉਰਟੀਆਂ ਲੈਣ ਵਾਸਤੇ। ਇਸ ਕਰਕੇ ਮੈਂ ਪਿਛਲੀ ਵਾਰੀ, ਮੈਨੂੰ 5 ਜਿਹੜੇ ਨੰਬਰ ਸੀ ਮੇਰੇ ਕੋਲ ਜਿਨ੍ਹਾਂ ਤੋਂ ਥੋਟ ਆਏ ਸੀ, ਮੈਨੂੰ ਗਾਲਾਂ ਗੂਲਾਂ ਕੱਢੀਆਂ ਗਈਆਂ ਸੀ, ਉਹ ਅਸੀਂ SSP ਸਾਹਿਬ ਨੂੰ ਉਹ ਨੰਬਰ ਭੇਜ ਦਿੱਤੇ ਸੀ, ਪਰ ਹਾਲੇ ਤੱਕ ਉਹਦੀ ਕੋਈ ਜਾਣਕਾਰੀ ਨਹੀਂ ਆਈ, ਕੁਛ ਨਹੀਂ ਹੋ ਸਕਿਆ ਉਹਦਾ। ਤਾਂ ਸਰ ਕਿਹੜੇ ਨੰਬਰਾਂ ਤੋਂ ਇਹਨਾਂ ਦੇ ਵੱਲੋਂ ਫੋਨ ਕੀਤੇ ਜਾ ਰਹੇ ਨੇ ਤੁਹਾਨੂੰ ਲਗਾਤਾਰ? ਜਿਹੜੇ ਨੰਬਰ ਸ਼ੋਅ ਹੋ ਰਹੇ ਸੀ ਉਹ ਵਿਦੇਸ਼ੀ ਨੰਬਰ ਸੀ, +35 +85। ਪਹਿਲਾਂ ਜਿਹੜਾ ਫੋਨ ਆਉਂਦਾ ਉਹ +35 ਕਰਕੇ ਸੀ, ਜਦੋਂ ਉਹਨੇ ਉਹਦੇ ਵੱਲੋਂ ਗਾਲੀ ਗਲੋਚ ਕੀਤਾ ਗਿਆ ਮੈਂ ਫੋਨ ਕੱਟਤਾ। ਕੱਟਣ ਤੋਂ ਬਾਅਦ 1 ਮਿੰਟ ਬਾਅਦ ਉਹਨੇ ਫਿਰ ਫੋਨ ਕਰਤਾ, ਫਿਰ ਉਹਨੇ ਗਾਲੀ ਗਲੋਚ ਕੀਤਾ ਕਿ ਫੋਨ ਕਿਉਂ ਕੱਟਿਆ। ਫਿਰ ਉਹ ਜਦੋਂ ਕਾਲ ਆਈ ਉਹ ਹੋਰ ਨੰਬਰ ਸੀ, ਉਹ ਕੋਈ +85 ਕਰਕੇ ਸੀ, ਉਹੀ ਗੱਲਾਂ ਉਹਨੇ ਫਿਰ ਉਹ ਗਾਲੀ ਗਲੋਚ ਸ਼ੁਰੂ ਕਰਨਾ। ਸਰ ਲਗਾਤਾਰ ਤੁਹਾਨੂੰ ਵਟਸਐਪ ਦੇ ਰਾਹੀਂ ਕਾਲ ਕੀਤੀ ਜਾ ਰਹੀ ਉਹਨਾਂ ਦੇ ਵੱਲੋਂ? ਨਹੀਂ, ਆਹ ਜਿਹੜੀ ਕਾਲ ਹੈ ਇਹ ਡਾਇਰੈਕਟ ਆਈ ਆ, ਡਾਇਰੈਕਟ ਆਈ ਫੋਨ 'ਤੇ, ਨਾਰਮਲ ਫੋਨ ਸੀ, ਅਤੇ ਬਸ ਨੰਬਰ ਹੀ ਬਾਹਰ ਦਾ ਸ਼ੋਅ ਹੋ ਰਿਹਾ ਸੀ। ਇਸ ਲਈ ਅਸੀਂ ਆਡੀਓ ਰਿਕਾਰਡਿੰਗ ਵੀ ਕੀਤੀ, ਮੇਰੇ ਨਾਲ ਮੇਰਾ ਸਕਿਉਰਟੀ ਗਾਰਡ ਸੀ, ਗਨਮੈਨ ਸੀ, ਉਹਨੇ ਵੀਡੀਓ ਵੀ ਬਣਾਈ ਕਾਲ ਕਰਦਿਆਂ ਦੀ। ਤਾਂ ਤੁਹਾਨੂੰ ਜਦੋਂ ਵੀਡੀਓ ਕਾਲ ਆਉਂਦੀ ਹੈ ਜਾਂ ਫਿਰ ਹੋਰ ਵੀ ਕਾਲਾਂ ਆਉਂਦੀਆਂ ਨੇ, ਤਾਂ ਉਹਦੇ ਵਿੱਚ ਕਿਹਾ ਕੀ ਜਾਂਦਾ ਹੈ ਉਹਨਾਂ ਨੌਜਵਾਨਾਂ ਦੇ ਵੱਲੋਂ? ਨਹੀਂ, ਉਹੀ ਕਿਹਾ ਜਾਂਦਾ ਕਿ ਤੁਹਾਨੂੰ ਮਾਰ ਦਿਆਂਗੇ, ਤੁਹਾਨੂੰ ਪਿਛਲੀ ਵਾਰੀ ਅਸੀਂ ਸਿਰਫ 1 ਸਮਝਾਉਣ ਵਾਸਤੇ ਤੁਹਾਡੇ 'ਤੇ ਫਾਇਰਿੰਗ ਕੀਤੀ ਸੀ, ਤੁਹਾਨੂੰ ਮਾਰਨ ਦੀ ਮਨਸ਼ਾ ਨਾਲ ਨਹੀਂ ਸੀ ਫਾਇਰਿੰਗ ਕੀਤੀ, ਪਰ ਹੁਣ ਤੁਹਾਡਾ ਆਖਰੀ ਹੈ। ਜਾਂ ਤਾਂ ਹਿੰਦੂ ਪਾਰਟੀਆਂ ਨਾਲ ਤੁਸੀਂ ਬੜਾ ਗਲਤ ਕੰਮ ਕਰਦੇ ਜੇ, ਮੈਨੂੰ ਦੱਸੋ ਵੀ ਅਸੀਂ ਕਿਹੜਾ ਅੱਜ ਤੱਕ ਗਲਤ ਕੰਮ ਕੀਤਾ। ਗਊ ਮਾਤਾ ਦੀ ਸੇਵਾ ਕਰਦੇ ਹਾਂ, ਗਊ ਸੇਵਾ ਕਰਦੇ ਹਾਂ, ਕੋਈ ਗਲਤ ਇੱਥੇ ਕੁਛ ਹੁੰਦਾ ਉਹਦੇ ਖਿਲਾਫ਼ ਅਸੀਂ ਆਵਾਜ਼ ਉਠਾਉਂਦੇ ਹਾਂ। ਜੇ ਗਲਤ ਦੇ ਖਿਲਾਫ਼ ਆਵਾਜ਼ ਉਠਾਉਣੀ ਗਲਤ ਆ, ਤਾਂ ਫਿਰ ਠੀਕ ਹੈ, ਅਸੀਂ ਗਲਤ ਹਾਂ। ਤਾਂ ਸਰ ਪਹਿਲਾਂ ਤੁਹਾਡੇ ਉੱਪਰ ਫਾਇਰਿੰਗ ਕਦੋਂ ਕੀਤੀ ਗਈ ਸੀ ਉਹਨਾਂ ਨੌਜਵਾਨਾਂ ਦੇ ਵੱਲੋਂ? ਪਹਿਲੀ ਵਾਰ 2019 ਦੇ ਵਿੱਚ, ਫਿਰ 20 ਦੇ ਵਿੱਚ, ਫਿਰ 21 ਦੇ ਵਿੱਚ। 21 ਦੇ ਵਿੱਚ ਤਾਂ 2 ਵਾਰੀ ਹੋ ਗਿਆ ਸੀ। ਇੱਕ ਵਾਰੀ 25 ਦਸੰਬਰ ਨੂੰ 4 ਫਾਇਰ ਵੱਜੇ ਸੀ ਮੇਰੀ ਗੱਡੀ ਦੇ ਜੰਡਿਆਲਾ ਗੁਰੂ ਲਾਗੇ। ਉਸ ਤੋਂ ਬਾਅਦ
उस तो 2 महीने पहला असी कुछ 3 नौजवानों मेरे सिक्योरिटी गार्ड वालों जो रैकिंग कर रहे थे उन्होंने रोक के जो उन्हों की पुछगिछ की गई तो उन्होंने को एक पिस्टल 6 राउंड बाइक भी उन्होंने को चोरी दी सी वो भी असी फड़ के पुलिस को दिते सी लेकिन उन्होंने विचों भी एक पुलिस ने बंदा छड़ता सी जिहड़ा कि बाद दे विच हुण मेरा ख्याल अरैसट होया वो भी कि गैंगस्टर के खाते अरैसट होया तो उदों को छड़िया गया पुलिस वालों। देखो यह नहीं मैं कहिंदा कि पुलिस प्रशासन ते सानू यकीन नहीं है पर हो सकता इन्हां नू सरकारां वालों दबाव होवे कि हिंदू लीडर की मदद नहीं करनी जां इन्हां नू कोई सरकार दबाव आउंदा होवे पुलिस प्रशासन ते सानू पूरा भरोसा पर यह भी हो सकता इन्हां नू सरकारां वालों दबाव होवे भी इन्हां हिंदू लीडर की मदद ना करो। कारण की है पुलिस दे वालों कार्रवाई कदों कीती जाऊगी जदों कोई वड्डी घटना हो जाएगी उदों पुलिस जागेगी? एक देखो अपने पंजाब दे विच रीत चली आ रही है वो एक मैं मिसाल भी देना तुहानू बंदे नू जींदे जी सुरक्षा नहीं मिलती पर मरण तो बाद जेड सिक्योरिटी मिल जाती मिसाल सिद्धू मूसेवाला जींदे जी उन्हें सिक्योरिटी वापस ले ली हुण मरण तो बाद जेड प्लस सिक्योरिटियां दित्तियां की फायदा उहदा? तो वालों दसया जा रहा कि पहला भी मेरे उपर कई बार हमला हो चुका है तो पुलिस वालों उदों नहीं कार्रवाई की गई तो हूँ कार्रवाई की जाएगी पुलिस के वालों अज्ज तुसीं अमृतसर के दयाती एस एस पी नूं मिलण दे लई इत्थे पहुँचे हुए हो? असल दे विच जिहड़े ये एस एस पी साहब आ स्वपन शर्मा जी इन्ह बारे साढ़े सुन च आया कि बहुत वधिया एक इंसान आ बड़े वधिया ऑफिसर आ हो सकता असीं शायद अज्ज गल करके वेने जे तो सानू उन्होंने भरोसा दिता जे सानू लगा कि असीं सुरक्षित हाँ तो ठीक है नहीं तो मैं एक पहला इंसान होवांगा जिहड़ा पंजाब छड्ड के जावांगा असीं पंजाब ही छड्ड देंगे क्योंकि असीं मैं तो मेरा परिवार चलो मरना तो एक दिन सारे नहीं आ मरन तो नहीं असीं डरते पर मैं नहीं चाहुंदा कि मेरे परिवार का कोई नुकसान होवे। की लगता नहीं तुसीं पंजाब दे विच सेफ हो जिस तरह तुहाडे वल्लों दस्या जा रहा कि मैं पंजाब छड्ड के चला जावांगा? अनसेफ महसूस कर रहा कोई सेफ नहीं इत्थे खासकर कोई हिंदू लीडर कोई सेफ नहीं इत्थे कभी भी कुछ भी हो सकता क्योंकि पंजाब दे विच जणा खणा असला लई फिरदा तुसीं अज भी सुनिया मैं कदे हमला हो रहा कदे गैंगस्टरां नूं घेर के उन्हां नूं फायरिंग हो रही है रोज़ नित नवीं खबरां सुणन नूं मिलदियां कोई महसूस नहीं असीं हिंदू लीडर तो बिल्कुल अपने आप नूं अनसेफ समझदे पंजाब दे विच। तो हुण तुसीं एस एस पी नूं मिलण दे लई पहुंचे हुए तो उन्होंने नाल की गलबात तुहाडे वल्लों कीती जाएगी? हुण असीं एस एस पी साहब नाल गल करदे हां जे तो सानू असीं समझांगे अपने आप नूं सानू लगेगा कि असीं सुरक्षित महसूस करते हैं फिर तो ठीक है नहीं तो तुहानू दस दिंदे असीं 2-3 दिनों के अंदर अंदर पंजाब छड्ड के मैं हो सकता असीं बंबे शिफ्ट हो जाइए जां चंडीगढ़ शिफ्ट हो जाइए। छड्ड दित्ता जाएगा जी पंजाब छड्ड दित्ता जाएगा। तां ऐसी शहनाज गल दे पिता जो कि इत्थे पहुंचे हुए तां फिलहाल उन्हां दे वल्लों वड्डी कार्रवाई की मांग की गई इन्हां दे वल्लों कहा जा रहा कि अज्ज उह एस एस पी नूं मिलण दे लई पहुंचे हुए हैं तां फिलहाल अगर आने वाले समय के कार्रवाई नहीं होंदी तां उन्हां दे वल्लों पंजाब नूं छड्ड दित्ता जाएगा। देखो जेडे पहला आए थे उन्होंने भी असं कॉल डिटेल कढ़ावे बारे भी सारा देखा बरीकी जांच की। ठीक है।